ਇਸ ਦੁਨੀਆਂ ਦੇ ਵਿੱਚ ਨਹੀਂ ਨੇ, ਪਰ ਅੱਜ ਵੀ ਉਹਨਾਂ ਦੇ ਗੀਤ ਜੋ ਹੈ ਉਹ ਲੋਕ ਸੁਣਦੇ ਨੇ। ਪਰ ਅੱਜ ਉਹਨਾਂ ਦੇ ਪਰਿਵਾਰ ਦੇ ਉੱਤੇ ਇਸ ਤਰੀਕੇ ਦੇ ਹਾਲਾਤ ਬਣੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਮਦਦ ਦੀ ਗੁਹਾਰ ਲਾਉਣੀ ਪਈ ਹੈ। ਮੇਰੇ ਨਾਲ ਉਹਨਾਂ ਦੀ ਬੇਟੀ ਗਲੋਰੀ ਬਾਵਾ ਜੋ ਕਿ ਖੁਦ ਇੱਕ ਲੋਕ ਗਾਇਕ ਹੈ, ਪਰ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਜੋ ਹੈ ਲੋਕਾਂ ਤੱਕ ਇੱਕ ਅਪੀਲ ਕਰਨੀ ਪਈ। ਪੂਰੀ ਗੱਲਬਾਤ ਕੀ ਹੈ ਜਾਣਦੇ ਹਾਂ, ਔਰ ਨਾਲ ਦੀ ਨਾਲ ਮੈਂ ਦਿਖਾਉਣਾ ਵੀ ਚਾਹੁੰਦਾ ਕਿ ਜਿੱਥੇ ਅਸੀਂ ਕਈ ਵਾਰ ਪਹਿਲਾਂ ਗੁਰਮੀਤ ਬਾਵਾ ਜੀ ਦੇ ਇੰਟਰਵਿਊ ਵੀ ਕਰ ਚੁੱਕੇ ਹਾਂ। ਮੈਮ, ਕੀ ਅੱਜ ਐਸੀ ਮਜਬੂਰੀ ਪਈ ਕਿ ਸਰਕਾਰ ਖੁਦ ਤੁਹਾਡੇ ਤੱਕ ਪਹੁੰਚੀ ਔਰ ਤੁਹਾਨੂੰ ਮਦਦ ਦਾ ਜਿਹੜਾ ਚੈੱਕ ਵੀ ਉਹਨਾਂ ਨੇ ਦਿੱਤਾ, ਕਾਰਨ ਕੀ ਬਣਿਆ? ਸਰ, ਇੱਕ ਤੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਥੋੜਾ ਫਾਈਨੈਂਸ਼ਲੀ ਬਿਲਕੁਲ ਡਾਊਨ ਆ ਚੁੱਕੀ ਹਾਂ, ਕਿਉਂਕਿ ਸਾਡੀਆਂ ਸਟੇਜਾਂ ਮੰਮੀ ਦੇ ਨਾਲ ਹੀ ਹੁੰਦੀਆਂ ਸਨ। ਤੇ ਦੂਸਰਾ, ਜਿਹੜੀ ਸਾਡੀ ਮੰਮਾ ਦਾ ਘਰ ਹੈ ਉਹਦੇ ਬਾਹਰ ਦੁਕਾਨਾਂ ਨੇ ਪੰਜ, ਉਹਨਾਂ ਤੇ ਕਬਜ਼ਾ ਕਰਕੇ ਬੈਠ ਗਏ ਨੇ। ਪੰਜਾਬ ਦੀ ਮਸ਼ਹੂਰ ਗਾਇਕਾ ਗੁਰਮੀਤ ਬਾਵਾ ਇਸ ਦੁਨੀਆਂ ਦੇ ਵਿੱਚ ਨਹੀਂ ਨੇ, ਪਰ ਅੱਜ ਵੀ ਉਹਨਾਂ ਦੇ ਗੀਤ ਜੋ ਹੈ ਉਹ ਲੋਕ ਸੁਣਦੇ ਨੇ। ਪਰ ਅੱਜ ਉਹਨਾਂ ਦੇ ਪਰਿਵਾਰ ਦੇ ਉੱਤੇ ਇਸ ਤਰੀਕੇ ਦੇ ਹਾਲਾਤ ਬਣੇ ਨੇ ਕਿ ਉਹਨਾਂ ਦੇ ਪਰਿਵਾਰ ਨੂੰ ਮਦਦ ਦੀ ਗੁਹਾਰ ਲਾਉਣੀ ਪਈ ਹੈ। ਮੇਰੇ ਨਾਲ ਉਹਨਾਂ ਦੀ ਬੇਟੀ ਗਲੋਰੀ ਬਾਵਾ ਜੋ ਕਿ ਖੁਦ ਇੱਕ ਲੋਕ ਗਾਇਕ ਹੈ, ਪਰ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਜੋ ਹੈ ਲੋਕਾਂ ਤੱਕ ਇੱਕ ਅਪੀਲ ਕਰਨੀ ਪਈ। ਪੂਰੀ ਗੱਲਬਾਤ ਕੀ ਹੈ ਜਾਣਦੇ ਹਾਂ, ਔਰ ਨਾਲ ਦੀ ਨਾਲ ਮੈਂ ਦਿਖਾਉਣਾ ਵੀ ਚਾਹੁੰਦਾ ਕਿ ਜਿੱਥੇ ਅਸੀਂ ਕਈ ਵਾਰ ਪਹਿਲਾਂ ਗੁਰਮੀਤ ਬਾਵਾ ਜੀ ਦੇ ਇੰਟਰਵਿਊ ਵੀ ਕਰ ਚੁੱਕੇ ਹਾਂ। ਮੈਮ, ਕੀ ਅੱਜ ਐਸੀ ਮਜਬੂਰੀ ਪਈ ਕਿ ਸਰਕਾਰ ਖੁਦ ਤੁਹਾਡੇ ਤੱਕ ਪਹੁੰਚੀ ਔਰ ਤੁਹਾਨੂੰ ਮਦਦ ਦਾ ਜਿਹੜਾ ਚੈੱਕ ਵੀ ਉਹਨਾਂ ਨੇ ਦਿੱਤਾ, ਕਾਰਨ ਕੀ ਬਣਿਆ? ਸਰ, ਇੱਕ ਤੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਥੋੜਾ ਫਾਈਨੈਂਸ਼ਲੀ ਬਿਲਕੁਲ ਡਾਊਨ ਆ ਚੁੱਕੀ ਹਾਂ, ਕਿਉਂਕਿ ਸਾਡੀਆਂ ਸਟੇਜਾਂ ਮੰਮੀ ਦੇ ਨਾਲ ਹੀ ਹੁੰਦੀਆਂ ਸਨ। ਤੇ ਦੂਸਰਾ, ਜਿਹੜੀ ਸਾਡੀ ਮੰਮਾ ਦਾ ਘਰ ਹੈ ਉਹਦੇ ਬਾਹਰ ਦੁਕਾਨਾਂ ਨੇ ਪੰਜ, ਉਹਨਾਂ ਤੇ ਕਬਜ਼ਾ ਕਰਕੇ ਬੈਠ ਗਏ ਨੇ, ਜਿਨ੍ਹਾਂ ਨੂੰ ਦੁਕਾਨਾਂ ਕਿਰਾਏ ਤੇ ਦਿੱਤੀਆਂ ਗਈਆਂ ਸੀ। ਨਾ ਮੈਨੂੰ ਕਿਰਾਇਆ ਆ ਰਿਹਾ, ਨਾ ਦੁਕਾਨਾਂ ਛੱਡ ਰਹੇ ਨੇ। ਜੇ ਮੈਂ ਜਗ੍ਹਾ ਵੇਚਣ ਦਾ ਸੋਚ ਰਹੀ ਹਾਂ ਤੇ ਮੈਨੂੰ ਰੇਟ ਨਹੀਂ ਮਿਲ ਰਿਹਾ। ਓਬਵੀਅਸਲੀ ਕਹਿੰਦੇ ਨੇ ਵੀ ਬਾਹਰ ਤੁਹਾਡੇ ਬੈਠੇ ਨੇ, ਕਬਜ਼ੇ ਕੀਤੇ ਹੋਏ ਨੇ, ਤੇ ਅਸੀਂ ਰੇਟ ਕਿੱਥੋਂ ਦੇ ਦਈਏ? ਤੇ ਸਰ, ਮੈਂ 4-5 ਸਾਲ ਤੋਂ ਸਹਿ ਰਹੀ ਸੀ, ਫਿਰ ਆਖਿਰ ਮੈਨੂੰ ਇਹ ਸਟੈਪ ਚੁੱਕਣਾ ਪਿਆ ਕਿ ਮੈਂ ਮੀਡੀਆ ਦੇ ਵਿੱਚ ਗੁਹਾਰ ਲਗਾਈ, ਜਿਨ੍ਹਾਂ ਕਰਕੇ ਅੱਜ ਮਾਣਯੋਗ ਕੁਲਦੀਪ ਸਿੰਘ ਜੀ ਧਾਲੀਵਾਲ ਆਏ ਤੇ ਮੈਨੂੰ ਪੂਰਾ ਦਿਲਾਸਾ ਦੇ ਕੇ ਗਏ ਨੇ। ਤੇ ਮੈਨੂੰ ਆਮ ਆਦਮੀ ਪਾਰਟੀ ਸਰਕਾਰ ਤੇ ਮੈਨੂੰ ਹੁਣ ਪੂਰਾ ਭਰੋਸਾ ਹੈ। ਸਰ, ਮੁੱਖ ਮੰਤਰੀ ਖੁਦ ਇੱਕ ਕਲਾਕਾਰ ਨੇ, ਤੁਹਾਨੂੰ ਲੱਗਦਾ ਕਿ ਤੁਹਾਡੀ ਮਦਦ ਕਰਨ? ਜੀ, ਮੈਨੂੰ ਸਰ ਜੀ ਅੱਜ ਉਹਨਾਂ ਨੇ ਭਰੋਸਾ ਦਿੱਤਾ, ਦਿਲਾਸਾ ਦਿੱਤਾ, ਮੈਨੂੰ ਪੂਰੀ ਉਮੀਦ ਹੈ। ਤੁਹਾਡੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਔਰ ਕੀ ਸਾਰਿਆਂ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ? ਮੇਰੇ ਸਿਰ ਤੇ ਹੈ ਸਰ। ਸਭ ਤੋਂ ਪਹਿਲਾਂ 2020 ਦੇ ਵਿੱਚ ਮੇਰੀ ਸਿਸਟਰ ਚਲੀ ਗਈ ਲਾਚੀ ਬਾਵਾ ਕੈਂਸਰ ਦੇ ਨਾਲ, 2021 'ਚ ਉਸ ਤੋਂ ਬਾਅਦ ਮੰਮਾ ਚਲੇ ਗਏ, ਹੁਣ ਇਹ 11 ਮਾਰਚ ਨੂੰ ਮੇਰੇ ਪਾਪਾ ਚਲੇ ਗਏ। ਮੈਂ ਵੀ ਡਿਵੋਰਸਡ ਲੇਡੀ ਹਾਂ ਸਰ, ਮੇਰੀ ਇੱਕ ਬੇਟੀ ਹੈ, ਮੇਰੀ ਛੋਟੀ ਸਿਸਟਰ ਉਹ ਵੀ ਡਿਵੋਰਸਡ ਹੈ, ਉਹਦੇ ਬੱਚੇ ਮੈਂ ਪਾਲ ਰਹੀ ਹਾਂ। ਮੇਰੀ ਵੱਡੀ ਸਿਸਟਰ ਜਿਹੜੀ ਲਾਚੀ ਚਲੀ ਗਈ, ਉਹਦੇ ਵੀ ਬੱਚੇ ਮੇਰੇ ਕੋਲ ਨੇ। ਮਤਲਬ ਹੋਲ ਸੋਲ ਮੈਂ ਵੱਡੀ ਹਾਂ ਇਸ ਘਰ ਵਿੱਚ, ਪਰ ਪਰਮਾਤਮਾ ਕਿਸੇ ਨੂੰ ਇਹੋ ਜਿਹਾ ਵੱਡਾ ਨਾ ਬਣਾਵੇ ਸਰ। ਪਰਿਵਾਰ ਦਾ ਫਿਰ ਖਰਚਾ ਕਿੱਦਾਂ ਚੱਲਦਾ? ਕਿੰਨਾ ਕੁ ਔਖਾ ਦੌਰ ਹੈ, ਕਿਉਂਕਿ ਇੱਕ ਵੱਡਾ ਨਾਮ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਜਾਣ। ਸਰ, ਪੰਜਾਬ 'ਚ ਹੁਣ ਲੋਕ ਗਾਇਕੀ ਨੂੰ ਕੋਈ ਪਸੰਦ ਨਹੀਂ ਕਰਦਾ, ਤੁਹਾਨੂੰ ਖੁਦ ਹੀ ਪਤਾ, ਤੁਸੀਂ ਮੀਡੀਆ ਦੇ ਬੰਦੇ ਹੋ, ਕਿਹੋ ਜਿਹੇ ਗਾਣੇ ਚੱਲਦੇ ਨੇ। ਫਿਰ ਉਸ ਹਿਸਾਬ ਨਾਲ ਹੀ ਸਰ ਮੈਨੂੰ ਪ੍ਰੋਗਰਾਮ ਮਿਲਦੇ ਨੇ, ਕੋਈ 20,000 'ਚ ਪ੍ਰੋਗਰਾਮ ਮਿਲ ਗਿਆ, ਕੋਈ 10,000 'ਚ। ਤੇ ਤੁਸੀਂ ਦੱਸੋ ਸਰ ਕਿ ਅਗਰ ਮਹੀਨੇ ਦੇ ਵਿੱਚ ਇੱਕ ਅੱਧਾ ਕੋਈ ਇਸ ਤਰ੍ਹਾਂ ਪ੍ਰੋਗਰਾਮ ਆਏਗਾ ਤੇ ਕਿਸ ਤਰ੍ਹਾਂ ਚੱਲੇਗਾ? ਪਰ ਜਿਸ ਤਰ੍ਹਾਂ ਕੁਲਦੀਪ ਧਾਲੀਵਾਲ ਨੇ ਵੀ ਜ਼ਿਕਰ ਕੀਤਾ, ਬਹੁਤ ਮਹਿੰਗੇ ਮਹਿੰਗੇ ਸਿੰਗਰ ਵੀ ਨੇ, 10-10, 20-20 ਲੱਖ ਰੁਪਈਆ ਲੈਂਦੇ, ਪਰ ਤੁਹਾਨੂੰ ਜੋ ਕਿ ਪੰਜਾਬ ਦੀ ਵਿਰਾਸਤ ਨੂੰ ਤੁਸੀਂ ਬਚਾ ਕੇ ਰੱਖਿਆ, ਉਹਦਾ ਮੁੱਲ ਇਹਦਾ ਮਤਲਬ ਇੰਨਾ ਹੀ ਰਹਿ ਗਿਆ ਕਿ 10-20 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ? ਸਰ, ਤੁਸੀਂ ਖੁਦ ਮੀਡੀਆ ਦੇ ਬੰਦੇ ਹੋ, ਤੁਸੀਂ ਖੁਦ ਸੋਚੋ ਕਿੰਨੇ ਕੁ ਲੋਕ ਗੀਤ ਆਉਂਦੇ ਨੇ ਤੇ ਕਿੰਨੇ ਕੁ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਇਸ ਤਰ੍ਹਾਂ ਦੇ ਗਾਣੇ ਨੇ। ਤੁਹਾਨੂੰ ਪਤਾ ਹੀ, ਅੱਜ ਕੱਲ੍ਹ ਮੈਂ ਨਾ ਗਾਣੇ ਸੁਣਦੀ ਹਾਂ, ਨਾ ਮੇਰੀ ਸਮਝ ਤੋਂ ਬਾਹਰ ਨੇ, ਤੇ ਉਹੋ ਜਿਹੀ ਅੱਜ ਕੱਲ੍ਹ ਯੂਥ ਪਸੰਦ ਕਰਦਾ।
ਸਾਡੇ ਵਰਗੇ ਜਿਹੜੇ ਵਿਚਾਰੇ ਫੁਲਕਾਰੀਆਂ ਤੂੰਬੀ ਚਮਟੇ ਉਹ ਲੈਣ ਵਾਲੇ ਕਲਾਕਾਰ ਉਹ ਚੁੱਪ ਕਰਕੇ ਬਹਿ ਗਏ ਨੇ ਤੇ ਕੀ ਕੀਤਾ ਜਾ ਸਕਦਾ ਸਰ। ਉਸੇ ਹਿਸਾਬ ਨਾਲ ਸ਼ੋਜ਼ ਮਿਲਦੇ ਨੇ, ਉਸੇ ਹਿਸਾਬ ਨਾਲ ਪੈਸੇ। ਪੰਜ ਦੁਕਾਨਾਂ ਨੇ ਕੀ ਜਦੋਂ ਤੁਹਾਡੇ ਮੰਮੀ ਪਾਪਾ ਸੀ ਉਦੋਂ ਇਹ ਲੋਕ ਕਿਰਾਇਆ ਦਿੰਦੇ? ਨਹੀਂ ਸਰ, ਪਰ ਮੇਰੇ ਪਾਪਾ ਬਹੁਤ ਜ਼ਿਆਦਾ ਭਲਾਵਾਨ ਆਦਮੀ ਸੀ। ਉਹ ਕਿਸੇ ਚੁੱਪ ਕਰਕੇ ਖੜੇ ਹੋ ਜਾਂਦੇ ਸੀ, ਕਹਿੰਦੇ ਸੀ ਕਿ ਮੈਂ ਕਿਸੇ ਨਾਲ ਕੋਈ ਪੰਗਾ ਨਹੀਂ ਲੈਣਾ। ਤੇ ਉਹ ਬਹੁਤ ਹੀ ਲੀਨੀਅਟ, ਬੜੇ ਐਮਏ ਬੀਐਡ ਸਨ ਆਪਣੇ ਟਾਈਮ ਦੇ। ਤੇ ਉਹ ਕਿਸੇ ਨੂੰ ਉਦੋਂ ਤੁਹਾਡੇ ਮੰਮਾ ਨੂੰ ਜਿਹੜੀਆਂ ਸਟੇਜਾਂ ਮਿਲਦੀਆਂ ਸੀ, ਤੁਸੀਂ ਭੈਣਾਂ ਵੀ ਜਾਂਦੀਆਂ ਸੀ, ਉੱਥੋਂ ਜਿਹੜਾ ਪੈਸਾ ਹੁੰਦਾ ਸੀ ਉਹਦੇ ਨਾਲ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੱਲਦਾ? ਬਿਲਕੁਲ, ਹੋਲਸੋਲ ਮੰਮੀ ਇਸ ਘਰ ਦੇ ਕਰਤਾ ਧਰਤਾ ਸੀ ਜੀ। ਮੈਂ ਤੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਮੰਮਾ ਦੇ ਜਾਣ ਤੋਂ ਬਾਅਦ ਅਸੀਂ ਫਾਈਨੈਂਸ਼ਲੀ ਬਹੁਤ ਜ਼ਿਆਦਾ ਡਿੱਗ ਗਏ ਹਾਂ, ਤੇ ਇਸ ਕਰਕੇ ਮੈਂ ਫਿਰ ਗੁਹਾਰ ਲਗਾਈ ਹੈ ਮੀਡੀਆ ਦੇ ਵਿੱਚ, ਤੇ ਜਿਸ ਕਰਕੇ ਅੱਜ ਮੇਰੀ ਸੁਣਵਾਈ ਹੋਈ ਹੈ ਕਿ ਆਪ ਖੁਦ ਮੰਤਰੀ ਸਾਹਿਬ ਕੁਲਦੀਪ ਸਿੰਘ ਜੀ ਧਾਲੀਵਾਲ ਆਏ ਨੇ ਅੱਜ। ਆਖਰੀ ਸਵਾਲ, ਇੱਕ ਬਹੁਤ ਵੱਡਾ ਨਾਮ ਜਿਹਨੂੰ ਦੁਨੀਆ ਭਰ ਦੇ ਵਿੱਚ ਸ਼ਾਇਦ ਨਵੀਂ ਪੀੜ੍ਹੀ ਭਾਵੇਂ ਨਹੀਂ ਜਾਣਦੀ ਹੈ, ਪਰ ਜੇਕਰ ਗੂਗਲ ਤੇ ਸਰਚ ਕਰਨ ਤਾਂ ਲੋਕ ਗੀਤਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਇਦ ਗੁਰਮੀਤ ਬਾਬਾ ਜੀ ਦੇ ਗੀਤ ਆਉਣਗੇ। ਪਰ ਉਸ ਪਰਿਵਾਰ ਨੂੰ ਅੱਜ ਇਸ ਔਖੇ ਦੌਰ ਦੇ ਵਿੱਚੋਂ ਲੰਘਣਾ ਪੈ ਰਿਹਾ, ਇੱਥੋਂ ਤੱਕ ਕਿ ਗੁਹਾਰ ਲਗਾਉਣੀ ਪੈ ਰਹੀ ਹੈ ਕਿ ਸਾਡੀ ਮਦਦ ਕੀਤੀ ਜਾਵੇ, ਤਾਂ ਕੀ ਸਮਝਦੇ ਹੋ ਸਾਡੇ ਲੋਕਾਂ ਦੀ ਸਾਇਕੀ ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਰੁਝਾਨ ਉਹ ਕਿਹੜੇ ਪਾਸੇ ਜਾ ਰਿਹਾ? ਬਿਲਕੁਲ ਜੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਸਾਡੇ ਵਰਗੇ ਜਿਹੜੇ ਲੋਕ ਗਾਇਕ ਨੇ ਉਹ ਇੱਕ ਸਾਈਡ 'ਤੇ ਹੋ ਕੇ ਬੈਠ ਗਏ ਨੇ, ਕਿਉਂਕਿ ਜਿੰਨਾ ਗਾਣਿਆਂ ਦੀ, ਜਿੰਨਾ ਜਿੰਨਾ ਗੀਤਾਂ ਦੀ, ਜਿਸ ਜਿਹੜਾ ਕਲਚਰ ਆ ਗਿਆ ਪੰਜਾਬ ਦੇ ਵਿੱਚ, ਅਤੇ ਅੱਲਾ ਹੀ ਮਾਲਕ ਹੈ ਜੀ। ਲੋਕ ਆਪਣੀ ਵਿਰਾਸਤ ਨੂੰ ਛੱਡ ਕੇ ਹੋਰ ਹੀ ਪਾਸੇ ਸਭ ਦੇ ਸਾਹਮਣੇ ਹੈ ਜੀ। ਪੰਜਾਬ 'ਚ ਹਰ ਕੋਈ ਪੰਜਾਬ 'ਚ ਤਾਂ ਹੈ ਨਹੀਂ, ਸਾਰਾ ਪੰਜਾਬ 'ਤੇ ਬਾਹਰ ਟੁਰ ਗਿਆ। ਹੁਣ ਬਾਹਰ ਜੋ ਚੱਲਦਾ, ਜੋ ਕਲਚਰ ਹੈ, ਹੁਣ ਇੱਥੇ ਆਇਆ, ਅਤੇ ਸਾਨੂੰ ਕੌਣ ਸੁਣੇਗਾ ਸਰ? ਅੱਜ ਤੁਹਾਡੇ ਇਹ ਹਾਲਾਤ ਨੇ, ਲੱਗਦਾ ਨਹੀਂ ਕਿ ਪੰਜਾਬ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਹੋ ਸਕਦੇ? ਬਿਲਕੁਲ ਜੀ, ਨਜ਼ਰ ਤੇ ਆ ਰਿਹਾ। ਐਡੀ ਵੱਡੀ ਕਲਾਕਾਰ ਜੋ ਪਦਮ ਭੂਸ਼ਣ ਲੈ ਕੇ ਆਏ ਨੇ ਪੰਜਾਬ ਵਾਸਤੇ, ਬੜੀ ਪੰਜਾਬੀਆਂ ਲਈ ਬੜੀ ਮਾਣ ਦੀ ਗੱਲ ਹੋਣੀ ਚਾਹੀਦੀ ਹੈ, ਤੇ ਉਹਦਾ ਹੀ ਪਰਿਵਾਰ ਅੱਜ ਭੁੱਖਾ ਮਰ ਰਿਹਾ ਹੈ, ਤੇ ਲਾਹਨਤ ਹੈ ਜੀ।